ਅੱਜ ਕੱਲ ਕਰਾਂਗੇ ਪੰਜਾਬੀ 뮤직 ਇੰਡਸਟਰੀ ਚ ਆਉਣ ਵਾਲੇ ਗੀਤਾਂ ਦੀ ਜੋ ਕਿ ਜਲਦ ਹੀ ਰਿਲੀਜ਼ ਹੋਣ ਜਾ ਰਹੇ ਹਨ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਹਰਫ ਚੀਮਾ ਦੀ, ਜੋ ਕਿ ਆਪਣਾ ਨਵਾਂ ਗੀਤ ਪਿੰਡਾਂ ਵਾਲੇ ਜੱਟ ਲੈ ਕੇ ਦਰਸ਼ਕਾਂ ਦੇ ਰੂਪ ਨੂੰ ਹੋਣ ਜਾ ਰਹੇ ਹਨ। ਇਸ ਸੌਂਗ ਨੂੰ ਹਰਫ ਚੀਮਾ ਵੱਲੋਂ ਲਿਖਿਆ ਤੇ ਗਾਇਆ ਗਿਆ ਹੈ। ਇਹ ਸੌਂਗ 26 ਸਪਤੰਬਰ ਨੂੰ ਰਿਲੀਜ਼ ਹੋਣ ਜਾ ਰਿਹਾ। ਇਸ ਗੀਤ ਦੀ ਜੇਕਰ ਗੱਲ ਕਰੀਏ ਤੇ ਲੱਗਦਾ ਹੈ ਕਿ ਇਹ ਗੀਤ ਪਿੰਡਾਂ ਵਾਲੇ ਜੱਟਾਂ ਦੇ ਟੌਰ ਨੂੰ ਬਿਆਨ ਕਰੇਗਾ। ਇਸ ਗੀਤ ਦੀ ਉਡੀਕ ਦਰਸ਼ਕਾਂ ਵੱਲੋਂ ਬੇਸਬਰੀ ਨਾਲ ਕੀਤੀ ਜਾ ਰਹੀ ਹੈ। ਜੇਕਰ ਅਗਲੇ ਆਉਣ ਵਾਲੇ ਨਵੇਂ ਗੀਤ ਦੀ ਗੱਲ ਕਰੀਏ, ਉਹ ਹੈ ਕੁਲਵਿੰਦਰ ਵਿੱਲਾ ਦਾ। ਜੀ ਦੋਸਤੋ, ਕੁਲਵਿੰਦਰ ਵਿੱਲਾ ਆਪਣਾ ਨਵਾਂ ਗੀਤ ਲੋਡਰ ਜੱਟ ਲੈ ਕੇ ਆ ਰਹੇ ਹਨ। ਇਸ ਗੀਤ ਦਾ ਪੋਸਟਰ ਕੁਲਵਿੰਦਰ ਵਿੱਲਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਸ਼ੇਅਰ ਕੀਤਾ। ਇਸ ਗੀਤ ਦੀ ਗੱਲ ਕਰੀਏ ਤਾਂ ਇਹ ਗੀਤ ਇੱਕ ਬੀਟ ਗੀਤ ਹੋਵੇਗਾ ਤੇ ਇਸ ਵਿੱਚ ਜੱਟ ਐਟੀਟਿਊਡ ਦੀ ਗੱਲ ਕੀਤੀ ਜਾਵੇਗੀ, ਕਿਉਂਕਿ ਇਸ ਪੋਸਟਰ ਵਿੱਚ ਕੁਲਵਿੰਦਰ ਵਿੱਲਾ ਦੀ ਡੇਂਜਰ ਲੁੱਕ ਨਜ਼ਰ ਆ ਰਹੀ ਹੈ। ਇਸ ਸੌਂਗ ਦਾ ਮਿਊਜ਼ਿਕ ਕੀਤਾ ਬੀਟ ਮਨਿਸਟਰ ਨੇ ਤੇ ਇਸ ਗੀਤ ਨੂੰ ਲਿਖਿਆ ਹੈ ਸੁੱਖ ਸੰਧੂ ਨੇ। ਇਹ ਗੀਤ ਜਲਦ ਹੀ ਰਿਲੀਜ਼ ਹੋਣ ਵਾਲਾ ਲੱਗਦਾ ਹੈ। ਕੁਲਵਿੰਦਰ ਵਿੱਲਾ ਇਸ ਗੀਤ ਨਾਲ ਵੀ ਦਰਸ਼ਕਾਂ ਦੇ ਦਿਲ ਜਿੱਤ ਲੈਣਗੇ। ਇਸ ਤੋਂ ਅਗਲੇ ਸੌਂਗ ਦੀ ਗੱਲ ਕਰੀਏ ਤਾਂ ਅਗਲਾ ਗੀਤ ਲੈ ਕੇ ਆ ਰਹੇ ਹਨ ਕੁੜੀਆਂ ਦੇ ਦਿਲਾਂ ਦੀ ਧੜਕਣ ਜੱਸੀ ਗਿੱਲ। ਉਹਨਾਂ ਦਾ ਗੀਤ ਹੀਰੋ ਜਲਦ ਹੀ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਗੀਤ ਨੂੰ ਡਾਇਰੈਕਟ ਕੀਤਾ ਨਵਜੀਤ ਬੁੱਟਰ ਨੇ। ਉਮੀਦ ਕਰਦੇ ਹਾਂ ਕਿ ਜੱਸੀ ਗਿੱਲ ਦੇ ਬਾਕੀ ਗੀਤਾਂ ਵਾਂਗ ਇਹ ਗੀਤ ਵੀ ਦਰਸ਼ਕਾਂ ਦੀ ਪਹਿਲੀ ਪਸੰਦ ਬਣ ਜਾਵੇਗਾ। ਅਗਲੇ ਆਉਣ ਵਾਲੇ ਨਵੇਂ ਗੀਤ ਦੀ ਗੱਲ ਕਰੀਏ ਤਾਂ ਇਹ ਗੀਤ ਹੈ ਟਾਇਸਨ ਸਿੱਧੂ ਦਾ। ਜੀ, ਟਾਇਸਨ ਸਿੱਧੂ ਆਪਣਾ ਨਵਾਂ ਗੀਤ ਜੱਟਾਂ ਵੇ ਲੈ ਕੇ ਆ ਰਹੇ ਹਨ। ਇਸ ਦਾ ਪੋਸਟਰ ਉਹਨਾਂ ਆਪਣੇ ਇੰਸਟਾਗ੍ਰਾਮ ਪੇਜ ਤੇ ਸ਼ੇਅਰ ਕੀਤਾ ਹੈ। ਇਸ ਸੌਂਗ ਨੂੰ ਗਾਇਆ ਤੇ ਲਿਖਿਆ ਹੈ ਖੁਦ ਟਾਇਸਨ ਸਿੱਧੂ ਨੇ ਤੇ ਇਸ ਗੀਤ ਦਾ ਮਿਊਜ਼ਿਕ ਕੀਤਾ ਦੇਸੀ ਕਿਊ ਨੇ। ਉਮੀਦ ਕਰਦੇ ਹਾਂ ਕਿ ਟਾਇਸਨ ਸਿੱਧੂ ਦਾ ਇਹ ਗੀਤ ਦਰਸ਼ਕਾਂ ਦੀਆਂ ਉਮੀਦਾਂ ਤੇ ਖਰਾ ਉਤਰੇਗਾ। ਤੁਹਾਨੂੰ ਇਹਨਾਂ ਸਭ ਗੀਤਾਂ ਦੀ ਕਿੰਨੀ ਕੁ ਉਡੀਕ ਹੈ ਸਾਨੂੰ ਕਮੈਂਟਸ ਕਰਕੇ ਜ਼ਰੂਰ ਦੱਸਣਾ ਤੇ ਜੁੜੇ ਰਹੋ ਸਾਡੇ ਚੈਨਲ ਸਟਾਰ ਕੈਨੇਡਾ ਟੀਵੀ ਦੇ ਨਾਲ।